ਕਾਗਜ਼ ਮੋੜਦੇ ਮੋੜਦੇ ਤੁਸੀਂ ਬੇਹੱਦ ਅਨੋਖੀ ਕਹਾਣੀ ਸੁਣਾ ਸਕਦੇ ਹੋ। A4 ਸਾਈਜ਼ ਆਕਾਰ ਦਿਆ ਪੇਪਰ ਲਵੋ ਅਤੇ ਪੇਪਰ ਮੋੜ ਕੇ ਵੱਡਾ ਤ੍ਰਿਕੋਣ ਬਣਾਓ। ਵੱਡੇ ਤ੍ਰਿਕੋਣ ਨੂੰ ਅੱਧ ਵਿੱਚ ਮੋੜ ਦੇਵੋ ਫਿਰ ਪੂਰੇ ਮਾਡਲ ਨੂੰ ਅੱਧ ਵਿੱਚ ਮੋੜ ਦੇਵੋ। ਇਹ ਤੁਹਾਡਾ ਟਿਕਟ ਹੈ ਸਵਰਗ ਜਾਣ ਦਾ। ਇੱਕ ਲਾਲਚੀ ਆਦਮੀ ਤੁਹਾਡੇ ਤੋਂ ਟਿਕਟ ਦਾ ਇੱਕ ਹਿੱਸਾ ਮੰਗਦਾ ਹੈ। ਤੁਸੀਂ ਦਾਨਵੀਰ ਹੋ, ਤੁਸੀਂ ਇੱਕ ਤਿਹਾਈ ਟਿਕਟ ਕੱਟ ਕੇ ਦੇ ਦਿੰਦੇ ਹੋ, ਪਰ ਉਸਦਾ ਲਾਲਚ ਖਤਮ ਨਹੀਂ ਹੁੰਦਾ, ਫਿਰ ਉਹ ਹੋਰ ਮੰਗਦਾ ਹੈ। ਤੁਸੀਂ ਮਹਾਦਾਨੀ ਹੋ, ਤੁਸੀਂ ਦੋ ਤਿਹਾਈ ਟਿਕਟ ਕੱਟ ਕੇ ਉਸ ਨੂੰ ਦੇ ਦਿੰਦੇ ਹੋ, ਤੁਹਾਡੇ ਕੋਲ ਇੱਕ ਤਿਹਾਈ ਟਿਕਟ ਰਹਿ ਜਾਂਦਾ ਹੈ। ਤੁਸੀਂ ਦੋਨੋਂ ਆਪਣੀ ਟਿਕਟ ਲੈ ਕੇ ਸਵਰਗ ਦੇ ਦਰਬਾਰ 'ਤੇ ਪਹਿਰੇਦਾਰ ਕੋਲ ਜਾਂਦੇ ਹੋ। ਪਹਿਲਾਂ ਉਹ ਲਾਲਚੀ ਆਦਮੀ ਦੀ ਟਿਕਟ ਦੇ ਟੁਕੜੇ ਇਕੱਠੇ ਕਰਦਾ ਹੈ ਅਤੇ ਹੈਲ ਸ਼ਬਦ ਬਣਾਉਂਦਾ ਹੈ। ਪਹਿਰੇਦਾਰ ਕਹਿੰਦਾ ਹੈ, ਇਹ ਤਾਂ ਹੈਲ ਮਤਲਬ ਨਰਕ। ਪਹਿਰੇਦਾਰ ਉਸ ਨੂੰ ਨਰਕ ਦਾ ਦਰਵਾਜ਼ਾ ਦਿਖਾਉਂਦਾ ਹੈ। ਫਿਰ ਤੁਸੀਂ ਆਪਣੇ ਟਿਕਟ ਪਹਿਰੇਦਾਰ ਨੂੰ ਦਿੰਦੇ ਹੋ, ਉਹ ਉਸ ਨੂੰ ਖੋਲ੍ਹਦਾ ਹੈ ਜੋ ਕਿ ਕ੍ਰੋਸ ਬਣਦਾ ਹੈ। ਪਹਿਰੇਦਾਰ ਕਹਿੰਦਾ ਹੈ, ਤੁਹਾਡਾ ਸਵਰਗ ਵਿੱਚ ਸਵਾਗਤ ਹੈ, ਇਹ ਬਹੁਤ ਸੁੰਦਰ ਲੱਗਦਾ ਹੈ।